ਆਹ ਤਾਂ ਕੰਮ ਹੋ ਗਿਆ। ਮੰਮੀ ਜੀ ਮੇਰਾ ਨਾ ਫੋਨ ਖਰਾਬ ਹੋ ਗਿਆ, ਟੱਚ ਖਰਾਬ ਹੋ ਗਈ ਇਹਦੀ, ਮੈਨੂੰ ਨਵਾਂ ਲੈ ਦਿਓ ਫੋਨ। ਕੋਈ ਨਾ, ਕਰਦੀ ਆ ਕੋਈ ਹੱਲ, ਲੈ ਦਿੰਦੀ ਤੈਨੂੰ ਨਵਾਂ ਫੋਨ। ਜੱਗੀ, ਹਾਂਜੀ ਮੰਮੀ, 2:30 ਵੱਜ ਗਏ ਨੇ, 3 ਵਜੇ ਨਾ ਉਹਨੂੰ ਛੁੱਟੀ ਹੋ ਜਾਣੀ ਰਾਜਵਿੰਦਰ ਨੂੰ, ਉਹਨੂੰ ਲੈ ਆ ਜਾ ਕੇ। ਅੱਜ 10 ਹੋ ਗਈ ਹੈ, ਨਾਲੇ ਉਹਨੂੰ ਤਨਖਾਹ ਵੀ ਮਿਲ ਜਾਣੀ ਅੱਜ। ਆਹ ਵੀ ਦੇਖ ਫੋਨ ਮੰਗਦੀ ਪਈ ਹੈ, ਇਹਨੂੰ ਵੀ ਫੋਨ ਲੈ ਕੇ ਦੇਣਾ, ਹੋਰ ਵੀ ਬਥੇਰੇ ਖਰਚੇ ਨੇ, ਕਮੇਟੀਆਂ ਵੀ ਦੇਣ ਵਾਲੀਆਂ ਪਈਆਂ ਨੇ ਅਤੇ 2 ਕਿਸ਼ਤਾਂ ਵੀ ਦੇਣੀਆਂ ਨੇ ਆਪਾਂ। ਤੂੰ ਐਂ ਘਰ ਲੈ ਕੇ ਆ ਉਹਨੂੰ ਜਾ ਕੇ, ਆਉਂਦੀ ਹੈ ਫਿਰ ਮੈਂ ਪੁੱਛਦੀ ਹਾਂ ਵੀ ਅੱਜ ਤਨਖਾਹ ਮਿਲੀ ਕਿ ਨਹੀਂ ਮਿਲੀ। ਚਲੋ ਫਿਰ ਮੈਂ ਆ ਲੈ ਕੇ। ਹਾਂ ਆ ਗਈ ਤੂੰ? ਹਾਂਜੀ ਮੰਮੀ। ਜੱਗੀ ਨਹੀਂ ਆਇਆ, ਉਹ ਕਿੱਥੇ ਰਹਿ ਗਿਆ? ਮੰਮੀ ਉਹਨਾਂ ਨੂੰ ਨਾ ਕੰਮ ਸੀ, ਉਹ ਮੈਨੂੰ ਬਾਹਰ ਹੀ ਲਾ ਕੇ ਚਲੇ ਗਏ ਨੇ। ਚਲ ਉਹ ਤਾਂ ਠੀਕ ਹੈ, ਤੂੰ ਮੈਨੂੰ ਇਹ ਦੱਸ ਅੱਜ ਤੈਨੂੰ ਸੈਲਰੀ ਮਿਲਣੀ ਸੀ, ਮਿਲੀ ਹੈ ਕਿ ਨਹੀਂ ਮਿਲੀ? ਮੰਮੀ ਉਹਨਾਂ ਸੈਲਰੀ ਮੈਨੂੰ ਮਿਲੀ ਨਹੀਂ, ਸਾਰਾ ਅੱਜ ਆਏ ਨਹੀਂ ਸੀ। ਸਰ ਨਹੀਂ ਆਏ ਸੀ? ਆਹ ਕੀ ਗੱਲ ਬਣੀ, ਅੱਜ 10 ਹੋ ਗਈ ਹੈ, ਉਹਨਾਂ ਨੂੰ ਸੈਲਰੀ ਦੇਣੀ ਚਾਹੀਦੀ ਸੀ। ਤੈਨੂੰ ਪਤਾ ਨਹੀਂ ਕਿੰਨੇ ਕੰਮ ਕਰਨ ਵਾਲੇ ਆ, ਫਰਿੱਜ ਦੀ ਕਿਸ਼ਤ ਦੇਣੀ ਆ, ਕਮੇਟੀਆਂ ਦੇਣੀਆਂ ਨੇ, ਦੱਸ ਸੈਲਰੀ ਨਹੀਂ ਮਿਲੀ। ਮੈਂ ਤਾਂ ਆਸ 'ਚ ਬੈਠੀ ਸੀਗੀ ਵੀ ਅੱਜ ਸੈਲਰੀ ਆਊਗੀ ਤਾਂ ਮੈਂ ਕੋਈ ਨਾ ਕੋਈ ਕੰਮ ਲਾਊਂਗੀ। ਮੰਮੀ ਆਫਿਸ ਵਾਲੇ ਕਹਿੰਦੇ ਸੀ ਨਾ ਕੱਲ੍ਹ ਮਿਲ ਜੂਗੀ ਸੈਲਰੀ। ਚੱਲ ਠੀਕ ਹੈ ਫਿਰ, ਕੱਲ੍ਹ ਯਾਦ ਨਾ ਸੈਲਰੀ ਲਿਆ ਕੇ ਨਾ ਮੈਨੂੰ ਫੜਾ ਦੇਈ, ਮੈਂ ਬਹੁਤ ਕੰਮ ਕਰਨੇ ਨੇ। ਠੀਕ ਹੈ ਮੰਮੀ ਜੀ। ਆ ਨੀਵੀਂ ਜੀ ਪਾ ਕੇ ਨਾ ਬੁੱਤ ਬਣ ਕੇ ਮੇਰੇ ਕੋਲ ਨਾ ਇੱਥੇ ਬੈਠ, ਜਾ ਕੇ ਮੇਰੇ ਲਈ ਨਾ ਚਾਹ ਬਣਾ ਕੇ ਲੈ ਕੇ ਆ। ਠੀਕ ਹੈ ਮੰਮੀ ਜੀ। ਨਾਲੇ ਗੱਲ ਸੁਣ, ਹਾਂਜੀ 2 ਭਾਂਡੇ ਪਏ ਆ, ਉਹ ਵੀ ਨਾਲ ਹੀ ਸਾਫ਼ ਕਰ ਲਈ ਹੁਣ। ਠੀਕ ਹੈ। ਕੀ ਕਰਦੇ ਭਾਬੀ, ਸਬਜ਼ੀ ਬਣਾ ਰਹੇ ਹੋ? ਹਾਂਜੀ ਦੀਦੀ, ਸਬਜ਼ੀ ਬਣ ਗਈ ਹੋਈ ਹੈ। ਅੱਛਾ ਮੈਡਮ ਜੀ, ਤੁਸੀਂ ਦੇਖਿਓ, ਮੈਂ ਨਾ ਉੱਪਰੋਂ ਕੱਪੜੇ ਲਾ ਲਿਆ। ਠੀਕ ਆ, ਸਬਜ਼ੀ ਬਣਾਤੀ ਇਹਨੂੰ ਤਾਂ ਮੈਂ ਦੱਸਦੀ ਹਾਂ ਵੀ ਸਬਜ਼ੀ ਬਣਾ ਗਈ, ਦੱਸਦੀ ਹਾਂ ਪਤਾ। ਹੁਣ ਆਓ ਸਵਾਲ, ਇਹਨੂੰ ਤਾਂ ਹੁਣ ਪਤਾ ਲੱਗੂ ਦੇਖੀ। ਆ ਦੇਖ ਲੈ, ਇਕੱਲੀ ਸਬਜ਼ੀ ਦੇ ਕੇ ਚਲੀ ਗਈ ਹੈ, ਉਹਨੂੰ ਪਤਾ ਨਹੀਂ ਰੋਟੀ ਵੀ ਲੈ ਕੇ ਆਉਣੀ ਹੈ। ਰਾਜਵਿੰਦਰ, ਰੋਟੀ ਲਈ ਆ ਕਿ ਇਕੱਲੀ ਅਸੀਂ ਸਬਜ਼ੀ ਫੱਕ ਲਈ ਹੈ? ਸਿਮਰਨ, ਹਾਂਜੀ ਵੀਰ, ਤੂੰ ਫੜ ਲੈ ਜਾ ਕੇ ਰੋਟੀ, ਅਤੇ ਖੜੀ ਫੋਨ ਹੀ ਚਲਾਈ ਜਾਨੀ। ਠੀਕ ਆ ਵੀਰੇ, ਮੈਂ ਲਿਆਉਂਦੀ ਹਾਂ। ਤੂੰ ਰੁਕ ਜਾ, ਖੜੀ ਰਹਿ ਇੱਥੇ, ਆਪੇ ਲੈ ਆਊਗੀ ਰੋਟੀ, ਬੜਾ ਕੁਛ ਕਰਦੀ ਰਹਿੰਦੀ ਹੈ ਸਾਰਾ ਦਿਨ ਉਹ। ਆਲੂ ਮੰਮੀ ਜੀ ਰੋਟੀ ਦੀ, ਤੁਹਾਨੂੰ ਵੀ ਲਿਆ ਦਾਂ ਰੋਟੀ? ਨਹੀਂ ਭਾਬੀ, ਮੈਂ ਬਰਗਰ ਖਾ ਲਿਆ ਸੀ, ਰੋਟੀ ਨਹੀਂ ਖਾਣੀ। ਠੀਕ ਹੈ। ਹਾਏ ਹਾਏ ਜੱਗੀ, ਰਹਿਣ ਦੇ ਰੋਟੀ ਖਾਣ ਨੂੰ, ਇੰਨੀ ਸਬਜ਼ੀ 'ਚ ਮਿਰਚ ਫੂਕੀ ਪਈ ਹੈ, ਤੈਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ? ਤੇਰੀ ਮਾਂ ਨੇ ਤੈਨੂੰ ਸਬਜ਼ੀ ਬਣਾਉਣੀ ਨਹੀਂ ਸਿਖਾਈ? ਸਬਜ਼ੀ 'ਚ ਮਿਰਚਾਂ ਹੀ ਮਿਰਚਾਂ ਫੂਕੀਆਂ ਪਈਆਂ ਨੇ, ਖੜੀ ਇੱਥੇ ਮੇਰਾ ਮੂੰਹ ਕੀ ਦੇਖਦੀ ਪਈ ਹੈ, ਪਾਣੀ ਲੈ ਕੇ ਆ ਜਾ ਕੇ। ਹਾਂਜੀ ਮੈਂ ਲਿਆਈ ਮੰਮੀ। ਮਜ਼ਾ ਹੀ ਆ ਗਿਆ ਅੱਜ ਤਾਂ।
ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਇਹ ਕਿਹੜੇ ਫੋਨ ਤੋਂ ਕਰਦੀ ਪਈ ਹੈ ਤੂੰ ਮੰਮੀ ਇਹ ਨਾ ਮੈਂ ਜਸਪ੍ਰੀਤ ਦਾ ਫੋਨ ਲਿਆ ਸੀਗਾ ਅੱਛਾ ਅੱਛਾ ਹੋਰ ਮੰਮੀ ਠੀਕ ਹੋ ਤੁਸੀਂ ਹਾਂ ਪੁੱਤ ਠੀਕ ਹੈ ਤੂੰ ਕਿਵੇਂ ਹੈ ਮੰਮੀ ਮੈਂ ਬਸ ਠੀਕ ਹੀ ਹਾਂ ਪੁੱਤ ਬੜਾ ਢਿੱਲਾ ਢਿੱਲਾ ਜਿਹਾ ਬੋਲਦੀ ਪਈ ਹੈ ਤੂੰ ਮੰਮੀ ਮੈਨੂੰ ਬਹੁਤ ਪਰੇਸ਼ਾਨ ਕਰਦੇ ਆ ਕਿਉਂ ਕੀ ਹੋਇਆ ਤੰਗ ਪਰੇਸ਼ਾਨ ਤਾਂ ਚਲੋ ਮੰਮੀ ਮੈਨੂੰ ਕਰਦੇ ਹੀ ਕਰਦੇ ਆ ਮੇਰੇ ਤੇ ਸ਼ੱਕ ਵੀ ਬਹੁਤ ਕਰਦੇ ਆ ਅੱਛਾ ਸਕੂਲ ਵੀ ਮੈਨੂੰ ਆਪ ਹੀ ਛੱਡਣ ਆਉਂਦੇ ਆ ਆਪ ਹੀ ਲੈਣ ਆਉਂਦੇ ਆ ਮੈਨੂੰ ਲੈ ਹੁਣ ਤੁਸੀਂ ਕੱਲ ਦੀ ਗੱਲ ਹੀ ਸੁਣ ਲਓ ਅੱਛਾ ਕੀ ਹੋਇਆ ਹਾਂ ਵੀ ਰਾਜਵਿੰਦਰ ਹਾਂਜੀ ਕੀ ਗੱਲ ਲੰਮੇ ਪਈ ਆ ਮੇਰਾ ਨਾ ਸਿਰ ਜਿਹਾ ਦੁਖਦਾ ਪਿਆ ਸੀ ਗੱਲ ਸੁਣ ਮੇਰੀ ਤੂੰ ਮੰਮੀ ਨੂੰ ਝੂਠ ਕਾਹਦੇ ਲਈ ਬੋਲਿਆ ਝੂਠ ਮੈਂ ਕਿਹੜਾ ਝੂਠ ਬੋਲਿਆ ਮੰਮੀ ਨੂੰ ਕਿਉਂ ਤੂੰ ਬੋਲਿਆ ਨਹੀਂ ਮੰਮੀ ਨੂੰ ਝੂਠ ਕਿ ਤੈਨੂੰ ਸੈਲਰੀ ਨਹੀਂ ਮਿਲੀ ਹਾਂਜੀ ਸੱਚੀ ਨਹੀਂ ਮਿਲੀ ਮੈਨੂੰ ਸੈਲਰੀ ਮੈਂ ਉਹਨਾਂ ਨੂੰ ਸੱਚ ਹੀ ਬੋਲਿਆ ਤੂੰ ਨਾ ਬੜੀ ਚਤਰ ਨਾ ਬਣ ਮੈਂ ਤੈਨੂੰ ਆਪ ਦੇਖਿਆ ਪੈਸੇ ਗੈਂਦੀ ਨੂੰ ਦੁਪਹਿਰੇ ਤੂੰ ਉੱਥੇ ਬਹਿ ਕੇ ਪੈਸੇ ਨਹੀਂ ਗੈਂਦੀ ਪਈ ਸੀ ਦੇ ਹਿਸਾਬ ਨਾਲ 10 ਬੱਚਿਆਂ ਦੀ ਫੀਸ 8000 ਰੁਪਇਆ ਹੋਣਾ ਚਾਹੀਦਾ ਸੀ ਅੱਛਾ ਜੀ ਉਹ ਤਾਂ ਸਕੂਲ ਦੇ ਬੱਚਿਆਂ ਦੀ ਫੀਸ ਸੀ ਮੈਂ ਉਹਦਾ ਹਿਸਾਬ ਲਗਾਉਂਦੀ ਪਈ ਸੀ ਪਰ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਨਾ ਪਲ ਪਲ ਦੀ ਖਬਰ ਰਹਿੰਦੀ ਹੈ ਕੀ ਕਰਦੀਆਂ ਤੂੰ ਕਿੱਥੇ ਜਾਣੀ ਕਿੱਥੇ ਆਉਂਦੀ ਆ ਮੈਨੂੰ ਮੂਰਖ ਨਾ ਬਣਾ ਪਰ ਫੇਰ ਵੀ ਮੈਨੂੰ ਇੱਕ ਵਾਰੀ ਦੱਸੋ ਤਾਂ ਸਹੀ ਤੂੰ ਨਾ ਮੈਨਾਂ ਵਾਲੀ ਜ਼ਬਾਨ ਨਾਲ ਲੜਾਇਆ ਕਰ ਜਿੰਨਾ ਕਹਿਣਾ ਉਨੀ ਸੁਣ ਲਿਆ ਕਰ ਮੈਂ ਤਾਂ ਕਮਰੇ 'ਚ ਕੈਮਰਾ ਵੀ ਲਵਾਇਆ ਹੋਇਆ ਮੰਮੀ ਹਾਏ ਹਾਏ ਮੰਮੀ ਮੇਰੀ ਤਾਂ ਜ਼ਿੰਦਗੀ ਨਰਕ ਬਣੀ ਪਈ ਆ ਮੈਂ ਤਾਂ ਇੱਥੇ ਸਾਹ ਵੀ ਨਹੀਂ ਲੈ ਸਕਦੀ ਆਪਣੀ ਮਰਜ਼ੀ ਨਾਲ ਤੁਸੀਂ ਮੈਨੂੰ ਆ ਕੇ ਲੈ ਜਾਓ ਮੰਮੀ ਪਲੀਜ਼ ਕੋਈ ਨਹੀਂ ਪੁੱਤ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਅਸੀਂ ਆਉਂਦੇ ਮੈਂ ਤੇਰੇ ਡੈਡੀ ਨਾਲ ਗੱਲ ਕਰਦੀ ਹਾਂ ਠੀਕ ਹੈ ਮੰਮੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਪੁੱਤ ਆਉਂਦੇ ਹਾਂ ਟੈਨਸ਼ਨ ਨਾ ਲਈ ਮੇਰਾ ਪੁੱਤ ਠੀਕ ਹੈ ਮੰਮੀ ਕੋਈ ਹਾਲ ਨਹੀਂ ਪੋਚਾ ਵੀ ਨਹੀਂ ਲਾਉਣਾ ਆਉਂਦਾ ਸਹੀ ਕੀ ਸਿਖਾਇਆ ਮਾਂ ਨੇ ਪਤਾ ਨਹੀਂ ਚੱਜ ਤਰ੍ਹਾਂ ਕੰਮ ਕਰਨਾ ਵੀ ਨਹੀਂ ਸਿਖਾਇਆ ਕਿੱਦਾਂ ਫੋਨ ਆ ਗਿਆ ਲੈ ਮਾਂ ਨੂੰ ਯਾਦ ਕੀਤਾ ਤੇ ਮਾਂ ਦਾ ਹੀ ਫੋਨ ਆ ਗਿਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਬਸ ਵਧੀਆ ਭੈਣ ਜੀ ਤੁਸੀਂ ਦੱਸੋ ਬਸ ਜੀ ਵਧੀਆ ਅੱਜ ਕਿਵੇਂ ਯਾਦ ਕੀਤਾ ਬਸ ਰਾਜਵਿੰਦਰ ਨੂੰ ਮਿਲਣ ਨੂੰ ਦਿਲ ਕਰਦਾ ਸੀਗਾ ਅੱਛਾ ਚੱਲ ਆ ਜਾਈਏ ਨਾਲੇ ਲੈ ਜਾਾਂਗੇ 2 ਦਿਨ ਅੱਛਾ ਉਦਾਸ ਹੋਏ ਪਏ ਸੀਗੇ ਬੱਚੇ ਵੀ ਅੱਛਾ ਜੀ ਹਾਂ ਜੀ ਠੀਕ ਹੈ ਤੇ ਰਾਜਵਿੰਦਰ ਨਾਲ ਗੱਲ ਕਰਾਵਾਂ ਤੁਹਾਡੀ ਭੈਣ ਜੀ ਨਾ ਨਾ ਭੈਣ ਜੀ ਆ ਹੀ ਜਾਣਾ ਆ ਕੇ ਮਿਲਦੇ ਆ ਆਪਾਂ ਗੱਲਾਂ ਬਾਤਾਂ ਕਰਦੇ ਆ ਆ ਕੇ ਚਲੋ ਠੀਕ ਹੈ ਹਾਂਜੀ ਆਉਂਦੇ ਅਸੀਂ ਘੰਟੇ ਕੋ ਤੱਕ ਆਉਂਦੇ ਆ ਭੈਣ ਜੀ ਠੀਕ ਹੈ ਭੈਣ ਜੀ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਗੱਲ ਸੁਣ ਰਾਜਵਿੰਦਰ ਹਾਂਜੀ ਮੰਮੀ ਜੀ ਤੇਰੀ ਮਾਂ ਦਾ ਫੋਨ ਆਇਆ ਸੀ ਤੈਨੂੰ ਲੈਣ ਆਉਂਦੇ ਪਏ ਨੇ ਇੱਦਾਂ ਕਰ ਪੋਚਾ ਜਲਦੀ ਜਲਦੀ ਲਾ ਕੱਪੜੇ ਬਦਲ ਲੈ ਜਾ ਕੇ ਤੇ ਤਿਆਰ ਹੋ ਜਾ ਤੇ ਨਾਲੇ ਆਪਣੇ ਕੱਪੜੇ ਕੱਢ ਲਈ ਜਾਣ ਵਾਸਤੇ ਠੀਕ ਹੈ ਮੰਮੀ ਜੀ ਜਰਾ ਜਲਦੀ ਕਰ ਲੈ ਹਾਂਜੀ ਭੈਣ ਜੀ ਅੰਦਰ ਹੀ ਹੋ ਆ ਜਾਓ ਲੰਘ ਆਓ ਹਾਂਜੀ ਆ ਜਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਠੀਕ ਹੋ ਤੁਸੀਂ ਹਾਂਜੀ ਹਾਂਜੀ ਬੈਠੋ ਹੋਰ ਠੀਕ ਹੋ ਸਿਹਤਾਂ ਠੀਕ ਹੈ ਤੁਹਾਡੀ ਵਧੀਆ ਠੀਕ ਠਾਕ ਭੈਣ ਜੀ ਤੁਸੀਂ ਸੁਣਾਓ ਹਾਂਜੀ ਵਧੀਆ ਜੀ ਅਸੀਂ ਵੀ ਵਧੀਆ ਰਾਜਵਿੰਦਰ ਕਿੱਥੇ ਭੈਣ ਜੀ ਉਹ ਇੱਥੇ ਹੀ ਹੋਣੀ ਹੈ ਮੈਂ ਮਾਰਦੀ ਹਾਂ ਆਵਾਜ਼ ਉਹਨੂੰ ਰਾਜਵਿੰਦਰ ਪੁੱਤ ਤੇਰੇ ਮੰਮੀ ਆਏ ਆ ਨਾਲੇ ਤੇਰਾ ਵੀਰਾ ਆਇਆ
ਆ ਜਾ ਪਾਣੀ ਲੈ ਕੇ ਆ ਨਾਲੇ ਇਹਨਾਂ ਵਾਸਤੇ। ਹਾਂਜੀ ਆਈ। ਹੋਰ ਭੈਣ ਜੀ ਕਿੱਦਾਂ ਤੁਸੀਂ? ਬਸ ਵਧੀਆ ਭੈਣ ਜੀ, ਤੁਸੀਂ? ਜੱਗੀ ਨਜ਼ਰ ਨਹੀਂ ਆਉਂਦਾ ਪਿਆ ਗਾ। ਜੱਗੀ ਨਾ ਜਰਾ ਕੰਮ ਗਿਆ ਹੋਇਆ, ਮੈਂ ਉਹਨੂੰ ਫੋਨ ਕੀਤਾ ਸੀਗਾ ਵੀ ਭੈਣ ਜੀ ਆ ਰਹੇ ਨੇ। ਹਾਂਜੀ ਆ ਜਾਂਦਾ ਹੁਣੇ। ਹੋਰ ਪੁੱਤੇ ਸਤਿ ਸ਼੍ਰੀ ਅਕਾਲ, ਹੋਰ ਪੁੱਤੇ ਕਿਵੇਂ ਆ? ਤੁਸੀਂ ਠੀਕ? ਹਾਂਜੀ ਜੀ ਠੀਕ ਹੈ। ਸਤਿ ਸ਼੍ਰੀ ਅਕਾਲ ਵੀ। ਹੋਰ ਭੈਣੇ ਕਿੱਦਾਂ, ਸਭ ਠੀਕ ਆ? ਹਾਂਜੀ ਵੀਰੇ ਠੀਕ ਹੈ। ਰਾਜਵਿੰਦਰ ਪੁੱਤ? ਹਾਂਜੀ ਮੰਮੀ। ਜਦ ਦੇਖ ਜੱਗੀ ਆ ਗਿਆ ਹੋਣਾ, ਨਾਲੇ ਜਾ ਕੇ ਨਾ ਚਾਹ ਧਰ ਲਓ। ਠੀਕ। ਮੰਮੀ ਸਤਿ ਸ਼੍ਰੀ ਅਕਾਲ। ਹਾਂ ਠੀਕ ਠਾਕ। ਭਾਈ ਕੀ ਹਾਲ ਚਾਲ? ਬਸ ਠੀਕ ਠਾਕ, ਬੈਠੋ। ਠੀਕ ਆ ਮੰਮੀ, ਤੁਸੀਂ ਸੁਣਾਓ? ਠੀਕ ਠਾਕ। ਹਾਂਜੀ ਵਧੀਆ ਮੰਮੀ ਕੰਮ ਕਰ। ਹੋਰ ਸਿਹਤਾਂ ਠੀਕ ਨੇ? ਹੋਰ ਭਾਅ ਜੀ ਕੰਮ ਠੀਕ ਹੈ? ਚਲੋ ਵਧੀਆ ਚਾਹੀਦਾ। ਆ ਜਾ ਪੁੱਤ, ਤੂੰ ਵੀ ਇੱਥੇ ਬਹਿ ਜਾ। ਲਓ ਭੈਣ ਜੀ। ਕੋਈ ਨਾ ਫੜ ਲੈ ਪੁੱਤ, ਮੈਂ ਤਾਂ ਹੁਣੇ ਪੀਤੀ ਸੀ। ਲੈ ਲਾ ਲੈ ਭੈਣ ਜੀ, ਤੁਸੀਂ ਉਹੀ ਚਾਹ ਪੀ ਜਾਂਦੇ ਹੋ, ਤੁਸੀਂ ਕੁਛ ਵੀ ਨਹੀਂ ਖਾਧਾ। ਬਸ ਭੈਣ ਜੀ ਪੀ ਚਾਹ। ਹੋਰ ਰਾਜਵਿੰਦਰ ਪੁੱਤ, ਕਰ ਲਈ ਪੈਕਿੰਗ? ਹਾਂਜੀ ਮੰਮੀ ਕਰ ਲਈ ਪੈਕਿੰਗ। ਲੈ ਭੈਣ ਜੀ, ਪੈਕਿੰਗ ਤਾਂ ਇਹ ਉਦੋਂ ਦੀ ਕਰੀ ਫਿਰਦੀ ਹੈ, ਪਰ ਮੈਂ ਐਂ ਕਹਿੰਦੀ ਸੀ ਵੀ ਇਹ ਉਦਾਂ ਹੀ ਮਿਲ ਆਉਂਦੀ, ਰਹਿਣ ਕੀ ਕਰਨਾ ਜਾ ਕੇ, ਉਹ ਸਾਰੀ ਉਮਰ ਉੱਥੇ ਹੀ ਤਾਂ ਰਹਿ ਕੇ ਆਈ ਹੈ। ਕੋਈ ਨਹੀਂ ਭੈਣ ਜੀ, 2 ਕੁ ਦਿਨ ਲਾ ਆਉਂਦੀ ਹੈ, ਇਹਦੇ ਡੈਡੀ ਵੀ ਕਹਿੰਦੇ ਸੀ ਇਹ, ਫਿਰ ਇੱਥੇ ਛੱਡ ਜਾਂਗੇ। ਕੋਈ ਨਹੀਂ, ਤੁਹਾਡੇ ਕੋਲ ਹੀ ਰਹਿਣਾ ਇਹਨੇ। ਚਲੋ ਠੀਕ ਹੈ ਭੈਣ ਜੀ, ਜਿਵੇਂ ਤੁਸੀਂ ਕਹਿੰਦੇ ਹੋ, ਬਾਕੀ 2 ਕੁ ਦਿਨ ਚੱਲ ਜਾਂਦੀ ਹੈ, ਫਿਰ ਮੈਂ ਜੱਗੀ ਨੂੰ ਭੇਜਾਂਗੀ, ਜੱਗੀ ਲੈ ਆਏਗਾ। ਚਲੋ ਠੀਕ ਹੈ ਭੈਣ ਜੀ, ਚੱਲਦੇ ਹਾਂ ਫਿਰ ਅਸੀਂ। ਜੱਗੀ ਪੁੱਤ। ਹਾਂਜੀ ਮੰਮੀ। ਮੈਂ ਕਹਿੰਦੀ ਸੀ ਰਾਜਵਿੰਦਰ ਨੂੰ ਲਿਆ ਜਾ ਕੇ, ਇੰਨੇ ਦਿਨ ਹੋ ਗਏ ਗਈ ਹੋਈ ਨੂੰ। ਉਹਦੀ ਮਾਂ ਤਾਂ ਕਹਿੰਦੀ ਸੀ ਮੈਂ 2 ਦਿਨ ਨਹੀਂ ਲੈ ਕੇ ਜਾਣੀ ਹੈ। ਕਿੰਨੇ ਦਿਨ ਹੋ ਗਏ, ਮੇਰੇ ਕੋਲ ਕੰਮ ਨਹੀਂ ਹੁੰਦਾ, ਮੈਂ ਨਹੀਂ ਪਕਾ ਸਕਦੀ ਰੋਟੀ, ਜਾ ਕੇ ਲੈ ਕੇ ਆ ਉਹਨੂੰ। ਠੀਕ ਹੈ ਮੰਮੀ, ਲੈ ਤਾਂ ਮੈਂ ਆਉਂਦਾ, ਪਰ ਇੱਕ ਵਾਰੀ ਨਾ ਤੁਸੀਂ ਉਹਦੀ ਮੰਮੀ ਨਾਲ ਗੱਲ ਕਰ ਲਓ ਫੋਨ 'ਤੇ। ਗੱਲ ਤਾਂ ਤੇਰੀ ਸਹੀ ਹੈ, ਪਹਿਲਾਂ ਮੈਂ ਉਹਦੀ ਮਾਂ ਨੂੰ ਹੀ ਫੋਨ ਕਰ ਲੈਂਦੀ ਹਾਂ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਕਹਿੰਦੀ ਸੀ ਕਿ ਰਾਜਵਿੰਦਰ ਨੂੰ ਤੁਸੀਂ ਭੇਜ ਦਿੰਦੇ, ਮੈਂ ਜੱਗੀ ਨੂੰ ਭੇਜਣ ਲੱਗੀ ਸੀ ਉਹਨੂੰ ਲੈਣ ਵਾਸਤੇ। ਨਾ ਭੈਣ ਜੀ, ਹੁਣ ਨਹੀਂ ਲੋੜ ਗਈ ਤੁਹਾਨੂੰ ਜੱਗੀ ਨੂੰ ਭੇਜਣ ਦੀ। ਕਿਉਂ ਭੈਣ ਜੀ? ਮੈਨੂੰ ਮੇਰੀ ਕੁੜੀ ਨੇ ਸਾਰਾ ਕੁਝ ਦੱਸਦਾ, ਤੁਸੀਂ ਕਿੰਨਾ ਉਹਨੂੰ ਟੋਰਚਰ ਕਰਦੇ ਸੀਗੇ। ਤੁਸੀਂ ਆਪ ਤਾਂ ਦੁਪਹਿਰੇ ਰੋਟੀ ਖਾ ਲੈਂਦੇ ਸੀ ਭੈਣ ਜੀ, ਤੇ ਮੇਰੀ ਕੁੜੀ ਨੂੰ ਤੁਸੀਂ ਕਹਿੰਦੇ ਸੀ ਕਿ ਸਾਡੇ ਦੁਪਹਿਰੇ ਬਣਦੀ ਨਹੀਂ ਰੋਟੀ, ਤੇ ਮੇਰੀ ਕੁੜੀ ਭੁੱਖੀ ਮਰਦੀ ਸੀਗੀ। ਪਰ ਭੈਣ ਜੀ ਮੇਰੀ ਗੱਲ ਤਾਂ ਸੁਣੋ ਭੈਣ ਜੀ। ਨਾ ਭੈਣ ਜੀ, ਮੈਂ ਨਹੀਂ ਕੋਈ ਗੱਲ ਸੁਣਨੀ ਗੀ, ਤੁਸੀਂ ਤਾਂ ਮੇਰੀ ਕੁੜੀ ਨੂੰ ਨੌਕਰਾਨੀ ਬਣਾ ਰੱਖਿਆ, ਉਹਨੂੰ ਅੱਧੀ ਕਰ ਰੱਖਿਆ, ਉਹਦੇ ਕਮਰੇ 'ਚ ਤੁਸੀਂ ਤਾਂ ਕੈਮਰੇ ਵੀ ਲਾ ਰੱਖੇ ਆ, ਕੋਈ ਲਾਉਂਦਾ ਨੌਂ ਧੀਆਂ ਦੇ ਕਮਰੇ 'ਚ ਕੈਮਰੇ? ਤੁਸੀਂ ਆਪ ਹੀ ਸਿਆਣੇ ਹੋ। ਪਰ ਭੈਣ ਜੀ ਮੇਰੀ ਗੱਲ ਤਾਂ ਸੁਣੋ, ਤੁਸੀਂ ਗਲਤ ਸਮਝ ਰਹੇ ਹੋ। ਨਾ ਨਾ ਭੈਣ ਜੀ, ਮੈਂ ਨਾ ਸਹੀ ਸਮਝ ਰਹੀ ਹਾਂ, ਤੁਸੀਂ ਆਪਦੀ ਕੁੜੀ ਨੂੰ ਤਾਂ ਐਡਾ ਮਹਿੰਗਾ ਫੋਨ ਲੈ ਦਿੱਤਾ ਹੈ, ਅਤੇ ਮੇਰੀ ਕੁੜੀ ਨੂੰ ਤੁਸੀਂ ਕਹਿੰਦੇ ਇੱਥੇ ਬਹਿ ਕੇ ਸਾਹਮਣੇ ਗੱਲ ਕਰ, ਇੰਨੀਆਂ ਪਾਬੰਦੀਆਂ ਲਾਈਆਂ, ਮੈਂ ਆਪਦੀ ਕੁੜੀ ਨੂੰ ਵਿਆਹਿਆ, ਜੇਲ੍ਹ 'ਚ ਤਾਂ ਨਹੀਂ ਭੇਜਿਆ ਹੈਗਾ ਨਾ?
ਪਰ ਭੈਣ ਜੀ ਤੁਸੀਂ ਨਾ ਸਭ ਕੁਛ ਗਲਤ ਸਮਝ ਰਹੇ ਹੋ। ਨਾ ਨਾ ਹੁਣ ਤਾਂ ਮੈਨੂੰ ਸਮਝ ਆ ਗਈ ਹੈ, ਮੇਰੀ ਕੁੜੀ ਨੇ ਨਾ ਮੈਨੂੰ ਸਭ ਹੀ ਦੱਸਤਾ। ਭੈਣ ਜੀ ਤੁਸੀਂ ਮੇਰੀ ਗੱਲ ਸੁਣੋ, ਜੋ ਵੀ ਹੈਗਾ ਨਾ ਆਪਾਂ ਬਹਿ ਕੇ ਗੱਲ ਕਰ ਲਾਂਗੇ, ਆਪਾਂ ਏਦਾਂ ਫੋਨ ਤੇ ਨਹੀਂ ਗੱਲ ਕਰ ਸਕਦੇ। ਨਾ ਨਾ ਭੈਣ ਜੀ ਹੁਣ ਤਾਂ ਫੈਸਲਾ ਹੀ ਹੋਊਗਾ। ਫੈਸਲਾ? ਹੈਲੋ, ਫੋਨ ਹੀ ਕੱਟਤਾ। ਦੇਖਾਂ ਪਾਣੀ ਗਰਮ ਹੋਇਆ ਕਿ ਨਹੀਂ। ਹਾਂਜੀ ਮੰਮੀ। ਤੈਨੂੰ ਗੱਲ ਪਤਾ ਚੱਲੀ? ਕੀ ਹੋਇਆ? ਜੱਗੀ ਆਪਣਾ ਪੂਰਾ ਹੋ ਗਿਆ। ਕੀ ਹੋ ਗਿਆ? ਉਹ ਨਾਲ ਦੀ ਆਂਟੀ ਦੱਸ ਕੇ ਗਈ ਹੈ, ਕਹਿੰਦੀ ਫੋਨ 'ਚ ਤਾਂ ਇੰਨੀਆਂ ਖ਼ਬਰਾਂ ਆਈਆਂ ਹੋਈਆਂ, ਕਰੰਟ ਲੱਗ ਗਿਆ ਉਹਨੂੰ। ਮੰਮੀ ਵੈਸੇ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਦੇਖ ਲਓ ਉਹਨਾਂ ਨੂੰ ਪਰਮਾਤਮਾ ਨੇ ਆਪ ਹੀ ਸਜ਼ਾ ਦੇ ਦਿੱਤੀ, ਕਰਨੀਆਂ ਭਰਨੀਆਂ ਸਭ ਇੱਥੇ ਹੀ ਨੇ।